ਅੱਜ ਬੜੀ ਧੂਮਧਾਮ ਨਾਲ ਅਸੀਂ ਜਨਮ ਅਸ਼ਟਮੀ ਮਨਾ ਰਹੇ ਹਾਂ। ਸਾਰੇ ਪ੍ਰਬੰਧ ਜਿਹੜੇ ਸਾਡੇ ਮੰਦਿਰ ਦੇ ਸਮਸਤ ਮੈਂਬਰਾਂ ਨੇ ਜਿਹੜੇ ਬੜੇ ਹੀ ਹਫ਼ਤੇ ਤੋਂ ਜਿਹੜੀ ਤਿਆਰੀ ਚੱਲ ਰਹੀ ਹੈ, ਅੱਜ ਅਸੀਂ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਦੁੱਧ, ਜਲੇਬੀਆਂ ਅਤੇ ਲੰਗਰ ਦਾ ਸਭ ਪ੍ਰਬੰਧ ਕੀਤਾ ਗਿਆ, ਜੋ ਕਿ 12 ਵਜੇ ਸਮਾਪਤੀ ਤੋਂ ਬਾਅਦ ਪਾਇਆ ਜਾਊਗਾ ਅਤੇ ਮੰਦਿਰ ਨੂੰ ਬਹੁਤ ਹੀ ਸੋਹਣਾ ਸਜਾਇਆ ਗਿਆ। ਇਹ ਮੰਦਿਰ ਦੇ ਵਿੱਚ ਬਹੁਤ ਵੱਡੀ ਆਸਥਾ ਹੈ, ਸ਼ਿਵ ਜੀ ਮਹਾਰਾਜ ਦੀ ਸਾਡੀ ਜਿਹੜੀ ਮੂਰਤੀ ਹੈ ਉਹ ਵੇਖਣੇ ਹੋ ਗਿਆ, ਮਤਲਬ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਕਿ ਇਹਨਾਂ ਦਾ ਮਨ ਸਾਰਿਆਂ ਦਾ ਇੱਥੇ ਆ ਕੇ ਖੁਸ਼ ਹੋ ਜਾਂਦਾ। ਜਨਮ ਅਸ਼ਟਮੀ ਦਾ ਤਾਂ ਬਹੁਤ ਜ਼ਿਆਦਾ, ਸਾਡੇ ਤਾਂ ਜਨਮ ਅਸ਼ਟਮੀ, ਸ਼ਿਵਰਾਤਰੀ ਅਤੇ ਜਾਗਰਣ, ਇਹ ਤਿੰਨ ਫੰਕਸ਼ਨ ਤਾਂ ਸਾਡੇ ਜਿਹੜੇ ਨੇ ਬਹੁਤ ਹੀ ਧੂਮਧਾਮ ਨਾਲ ਮਨਾਏ ਜਾਂਦੇ ਆ। ਉਹਨਾਂ ਦੇ ਸਹਿਯੋਗ ਦੇ ਸਦਕੇ ਹੀ ਇਹ ਕਮੇਟੀ ਜਿਹੜੀ ਹੈ ਪੂਰਾ ਇਹਨੂੰ ਸੈਲੀਬ੍ਰੇਟ ਕਰ ਸਕਦੀ ਹੈ, ਮਨਾ ਰਹੇ ਹਾਂ ਅਸੀਂ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਜਿਨ੍ਹਾਂ ਨੇ ਆਪਣਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ। ਬਹੁਤ ਭਾਗਾਂ ਵਾਲਾ ਮੰਦਿਰ ਆ, ਇੱਥੇ ਹਰ ਮਨੋਕਾਮਨਾ ਪੂਰੀ ਹੁੰਦੀ ਆ। ਮੇਰਾ 20 ਸਾਲ ਦਾ ਇੱਥੇ ਦਾ ਤਜਰਬਾ, ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਜਨਮ ਅਸ਼ਟਮੀ ਦੀ। ਇਸੇ ਤਰ੍ਹਾਂ ਸੁੱਖ ਸੁਨੇਹਾ ਲੈ ਕੇ ਆਵੇ ਜੀ, ਖੁਸ਼ੀਆਂ ਭਰਿਆ ਰਹੇ। ਬਹੁਤ ਬਹੁਤ ਮੁਬਾਰਕਾਂ ਸਾਰੇ ਇਲਾਕਾ ਨਿਵਾਸੀਆਂ ਨੂੰ। ਹਰੇ ਕ੍ਰਿਸ਼ਨਾ ਦੋਸਤੋ, ਮੇਰਾ ਨਾਮ ਹੈ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਧੂਮਧਾਮ ਦੇ ਨਾਲ ਅੱਜ ਜਨਮ ਅਸ਼ਟਮੀ ਮਨਾਈ ਜਾ ਰਹੀ ਹੈਗੀ। ਔਰ ਗੱਲ ਕਰੀਏ ਸ਼ਿਵ ਮੰਦਿਰ CRPF ਕਲੋਨੀ ਦੀ, ਤਾਂ ਇੱਥੇ ਵੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਲਾਕਾ ਵਾਸੀ ਪੂਰਾ ਉਤਸ਼ਾਹ ਦੇਖਿਆ ਜਾ ਰਿਹਾ। ਔਰ ਸਾਡੇ ਨਾਲ ਪੂਰੀ ਸਮਸਤ ਟੀਮ ਜਿਹੜੀ ਮੰਦਿਰ ਦੀ ਇਸ ਸਮੇਂ ਉਪਸਥਿਤ ਹੈ, ਅਤੇ ਉਹ ਜਾਣਦੇ ਹੈ ਕਿਸ ਪ੍ਰਕਾਰ ਦੇ ਨਾਲ ਅੱਜ ਜਨਮ ਅਸ਼ਟਮੀ ਸੈਲੀਬ੍ਰੇਟ ਕਰ ਰਹੇ ਨੇ। ਸੁੰਦਰ ਚੌਹਾਨ ਜੀ ਸਾਡੇ ਨਾਲ ਨੇ, ਅਤੇ ਉਹ ਜਾਣਦੇ ਨਾ ਤੋਂ। ਹਰੇ ਕ੍ਰਿਸ਼ਨਾ, ਹਰੇ ਜੈ ਕ੍ਰਿਸ਼ਨਾ, ਰਾਧੇ ਰਾਧੇ। ਸਾਰੇ ਇਲਾਕਾ ਨਿਵਾਸੀਆਂ ਨੂੰ, ਲੁਧਿਆਣਾ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਦੇ ਜਿਹੜੇ ਸਾਡੇ ਮੰਦਿਰ ਦੇ, ਅੱਜ ਬੜੀ ਧੂਮਧਾਮ ਨਾਲ ਅਸੀਂ ਜਨਮ ਅਸ਼ਟਮੀ ਮਨਾ ਰਹੇ ਹਾਂ। ਸਾਰੇ ਪ੍ਰਬੰਧ ਜਿਹੜੇ ਸਾਡੇ ਮੰਦਿਰ ਦੇ ਸਮਸਤ ਮੈਂਬਰਾਂ ਨੇ ਜਿਹੜੇ ਬੜੇ ਹੀ ਹਫ਼ਤੇ ਤੋਂ ਜਿਹੜੀ ਤਿਆਰੀ ਚੱਲ ਰਹੀ ਹੈ, ਅੱਜ ਅਸੀਂ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇੱਥੇ ਸਾਡੇ ਬਹੁਤ ਹੀ ਪਿਆਰੇ ਸਿੰਗਰ ਜਿਨ੍ਹਾਂ ਦੀ ਆਵਾਜ਼ ਲਤਾ ਮੰਗੇਸ਼ਕਰ ਨਾਲੋਂ ਵੀ ਵਧੀਆ ਹੈ, ਅਤੇ ਲੀਜ਼ਾ ਡਾਵਰ ਜੀ ਅੱਜ ਆਪਣੇ ਭਜਨਾਂ ਨੂੰ ਗਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਅਤੇ ਇੱਥੇ ਦੁੱਧ, ਜਲੇਬੀਆਂ ਅਤੇ ਲੰਗਰ ਦਾ ਸਭ ਪ੍ਰਬੰਧ ਕੀਤਾ ਗਿਆ, ਜੋ ਕਿ 12 ਵਜੇ ਸਮਾਪਤੀ ਤੋਂ ਬਾਅਦ ਪਾਇਆ ਜਾਊਗਾ, ਅਤੇ ਮੰਦਿਰ ਨੂੰ ਬਹੁਤ ਹੀ ਸੋਹਣਾ ਸਜਾਇਆ ਗਿਆ। ਤਿਆਰੀਆਂ ਕਿੰਨੇ ਸਮੇਂ ਤੋਂ ਕਰ ਰਹੇ ਸੀ ਜਨਮ ਅਸ਼ਟਮੀ? ਸਾਨੂੰ ਉੱਦਾਂ ਤਿਆਰੀਆਂ ਤਾਂ ਮਹੀਨਾ ਹੋਵੇ ਕਰਦੇ ਨੂੰ, ਪਰ ਜਿਹੜੀ ਮੇਨ ਤਿਆਰੀਆਂ ਸੀ ਸਾਡੀਆਂ ਹਫ਼ਤੇ ਤੋਂ ਚੱਲ ਰਹੀਆਂ ਸੀਗੀਆਂ। ਅਤੇ ਸਾਰਾ ਮੰਦਿਰ ਜਿੰਨਾ ਵੀ ਹੈ ਸਜਾਇਆ ਗਿਆ, ਪੂਰਾ ਲੜੀਆਂ ਨਾਲ ਪੂਰਾ ਇਲਾਕਾ ਸਜਾਇਆ ਗਿਆ, ਅਤੇ ਜਿੰਨਾ ਵੀ ਦੇਖਿਆ ਜਾ ਰਿਹਾ ਅੱਜ ਇਲਾਕਾ ਵਾਸੀ। ਤਾਂ ਦੇਖੋ ਜੀ, ਮੀਂਹ ਪੈਂਦਾ ਪਿਆ ਅਤੇ ਇੱਥੇ ਰਸ਼ ਜਿਹੜਾ ਕਿ ਅੰਦਰ ਹਾਲ ਭਰਿਆ ਪਿਆ, ਬਾਹਰ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਹੈ, ਅਤੇ ਬਾਹਰ ਲੋਕ ਖੜ੍ਹੇ ਨੇ, ਅਤੇ ਮਤਲਬ ਅਸੀਂ ਸਮਝਦੇ ਵੀ ਸਾਨੂੰ ਉਮੀਦ ਤੋਂ ਬਾਅਦ ਇੱਥੇ ਜਿਹੜਾ ਕਿ ਰਸ਼ ਜਾਪਦਾ ਪਿਆ, ਸੰਗਤਾਂ ਆਈਆਂ ਨੇ। ਵੈਸੇ ਤਾਂ ਪੂਰਾ ਸਾਲ ਮੰਦਿਰਾਂ ਵੱਲੋਂ ਕੋਈ ਨਾ ਕੋਈ ਐਕਟੀਵਿਟੀ ਕੀਤੀ ਜਾਂਦੀ ਹੈ, ਅਗਰ ਗੱਲ ਕਰੀਏ ਤਾਂ ਇਸ ਸਮੇਂ ਜਨਮ ਅਸ਼ਟਮੀ ਦਾ ਕਿੰਨਾ ਉਤਸ਼ਾਹ? ਜਨਮ ਅਸ਼ਟਮੀ ਦਾ ਤਾਂ ਬਹੁਤ ਜ਼ਿਆਦਾ, ਸਾਡੇ ਤਾਂ ਜਨਮ ਅਸ਼ਟਮੀ, ਸ਼ਿਵਰਾਤਰੀ ਅਤੇ ਜਾਗਰਣ, ਇਹ ਤਿੰਨ ਫੰਕਸ਼ਨ ਤਾਂ ਸਾਡੇ ਜਿਹੜੇ ਨੇ ਬਹੁਤ ਹੀ ਧੂਮਧਾਮ ਨਾਲ ਮਨਾਏ ਜਾਂਦੇ ਆ। ਉਸ ਤੋਂ ਬਾਅਦ ਸਾਡੇ ਮੰਦਿਰ ਜਿਹੜੇ ਚੱਲਦੇ ਨੇ ਅਤੇ ਕਥਾ ਚੱਲਦੀਆਂ ਨੇ, ਭਾਗਵਤ ਚੱਲਦੀ ਹੈ, ਰਾਮ ਕਥਾ ਚੱਲਦੀ ਹੈ, ਵਿੱਚ ਕੀਰਤਨ ਹੁੰਦੇ ਰਹਿੰਦੇ ਆ, ਮਤਲਬ ਧਾਰਮਿਕ ਸਮਾਗਮ ਚੱਲਦੇ ਰਹਿੰਦੇ ਆ ਇੱਥੇ। ਨਰੇਸ਼ ਕੁਮਾਰ ਗੋਇਲ, ਇਹ ਜਨਮ ਅਸ਼ਟਮੀ ਜਿਹੜੀ ਹੈ ਜੀ, ਇੱਕ ਹਿੰਦੂ ਸਮਾਜ ਦੇ ਵਿੱਚ ਬਹੁਤ ਹੀ ਮਹੱਤਵਪੂਰਨ, ਇਹਦਾ ਬਹੁਤ ਮਹੱਤਵ ਹੈ, ਜਿਹਨੂੰ ਕਿ ਸਾਰੇ ਹਿੰਦੂ ਸਮਾਜ ਉਹ ਬਹੁਤ ਹੀ
ਉਤਸ਼ਾਹ ਦੇ ਨਾਲ ਮਨਾ ਰਿਹਾ ਹੈ। ਉਹ ਜਨਮ ਅਸ਼ਟਮੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨੂੰ ਲੈ ਕੇ ਮਨਾਈ ਜਾਂਦੀ ਹੈ ਔਰ ਸਾਰੇ ਜਿਹੜੇ ਸਾਡੇ ਇਸ ਏਰੀਏ ਦੇ ਨਿਵਾਸੀ ਹਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਗਿਆ ਔਰ ਵੱਧ ਚੜ੍ਹ ਕੇ ਉਹ ਹਿੱਸਾ ਲੈ ਰਹੇ ਔਰ ਸਹਿਯੋਗ ਵੀ ਸਾਨੂੰ ਦਿੰਦੇ ਆ। ਉਹਨਾਂ ਦੇ ਸਹਿਯੋਗ ਦੇ ਸਦਕੇ ਹੀ ਇਹ ਕਮੇਟੀ ਜਿਹੜੀ ਹੈ ਪੂਰਾ ਇਹਨੂੰ ਸੈਲੀਬ੍ਰੇਟ ਕਰ ਸਕਦੀ ਹੈ, ਬਣਾ ਰਹੇ ਹਾਂ ਅਸੀਂ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਜਿਨ੍ਹਾਂ ਨੇ ਆਪਣਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ। ਅੱਜ ਸ਼ਹਿਰ ਦੇ ਹੀ ਨਹੀਂ ਬਲਕਿ ਇਸ ਨੌਰਥ ਦੇ ਪੂਰੇ ਜਾਣੇ ਮਾਨੇ ਜਿਹੜੇ ਗਾਇਕ ਨੇ, ਸਿੰਗਰ ਨੇ, ਟੀਜਾ ਡਾਵਰ ਜੀ, ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਆਪਣੇ ਭਗਤਾਂ ਦਾ ਮਨ ਮਿਲਾ ਰਹੇ ਨੇ, ਮਨੋਰੰਜਨ ਕਰਾ ਰਹੇ ਨੇ, ਰੱਬ ਨਾਲ ਮਿਲਾ ਰਹੇ ਨੇ, ਠਾਕੁਰ ਜੀ ਨਾਲ ਮਿਲਾ ਰਹੇ ਨੇ ਉਹ। ਔਰ ਅਸੀਂ ਸਾਰੇ ਬਹੁਤ ਹੀ ਇਸ ਗੱਲ ਦੀ ਖੁਸ਼ੀ ਮਨਾ ਰਹੇ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਦਿੰਦੇ ਹਾਂ ਆਪਣੇ ਵੱਲੋਂ, ਮੰਦਰ ਕਮੇਟੀ ਵੱਲੋਂ, ਕਿ ਸਾਰਿਆਂ ਨੂੰ ਸਾਰਿਆਂ ਦੇ ਘਰਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਅਪਾਰ ਕਿਰਪਾ ਹੋਵੇ, ਸਾਰਾ ਸਵਸਥ ਤੰਦਰੁਸਤ ਲੰਬੀ ਆਜੂ ਵਾਲਾ ਖੁਸ਼ੀਆਂ ਦੇ ਭਰਪੂਰ ਜੀਵਨ ਹੋਵੇ, ਸਭ ਦੇ ਘਰਾਂ 'ਚ ਖੁਸ਼ੀਆਂ ਹੀ ਖੁਸ਼ੀਆਂ ਬਸ। ਅਨਿਲ ਮਿਨਾਲ ਜੀ, ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਜਨਮ ਅਸ਼ਟਮੀ ਦੀ। ਇਸੇ ਤਰ੍ਹਾਂ ਸੁੱਖ ਸੁਨੇਹਾ ਲੈ ਕੇ ਆਵੇ ਜੀ, ਖੁਸ਼ੀਆਂ ਭਰਿਆ ਰਹੇ। ਬਹੁਤ ਬਹੁਤ ਮੁਬਾਰਕਾਂ ਸਾਰੇ ਇਲਾਕਾ ਨਿਵਾਸੀਆਂ ਨੂੰ। ਰਵੀ ਗੁਪਤਾ, ਜਨਮ ਸਾਹਿਬ ਨੂੰ ਬਹੁਤ ਬਹੁਤ ਵਧਾਈ। ਇਹੜਾ ਤਿਉਹਾਰ ਹੈ, ਬਹੁਤ ਵੱਡਾ ਤਿਉਹਾਰ ਹੈ ਸ਼੍ਰੀ ਭਗਵਾਨ ਜੀ ਦਾ, ਉਹ ਸਾਰਾ ਹਿੰਦੁਸਤਾਨ ਵਿੱਚ ਬੜੀ ਧੂਮਧਾਮ ਨਾਲ ਮਨਾਇਆ, ਬਲਕਿ ਪ੍ਰਦੇਸ਼ਾਂ ਬਾਹਰ ਵੀ ਬਹੁਤ ਧਿਆਨ ਨਾਲ ਆਪਣਾ ਬਹੁਤ ਸੁਚੱਜੇ ਢੰਗ ਨਾਲ ਮਨਾਇਆ ਜਾਂਦਾ ਹੈ। ਔਰ ਅਸੀਂ ਸਾਰੇ ਇਲਾਕਿਆਂ ਦਾ ਧੰਨਵਾਦ ਕਰਦੇ ਹਾਂ ਔਰ ਸਾਨੂੰ ਹਰ ਤਰ੍ਹਾਂ ਸਹਿਯੋਗ ਦਿੰਦੇ ਹੈ, ਜਿੰਨੇ ਵੀ ਸੀ ਆਰ ਪੀ ਕਲੋਨੀ ਔਰ ਜੁਗਰੀ ਸਾਰੇ ਅਰਬਨ ਸਟੇਟ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਅਤਿ ਉਤਸ਼ਾਹ ਹੋ ਕੇ ਸਾਰਾ ਕੰਮ ਹੁੰਦਾ ਹੈ, ਸਾਰੀ ਮੰਦਰ ਕਮੇਟੀ ਮਹੀਨੇ ਡੇਢ ਮਹੀਨੇ ਤੋਂ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਹੈ ਔਰ ਸਭ ਦੇ ਸਹਿਯੋਗ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਸੀਂ ਕਹਿੰਦੇ ਪਰਮਾਤਮਾ ਸਭ ਨੂੰ ਸਹਿਯੋਗ ਦੀ ਤਰੱਕੀ ਦੇਵੇ ਔਰ ਸਭ ਦਾ ਭਰਪੂਰ ਸਹਿਯੋਗ ਨਾਲ ਹੀ ਉਹਦਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਕ੍ਰਿਸ਼ਨ ਜੀ ਮਹਾਰਾਜ ਦੇ ਜਨਮਦਿਨ ਜੀ, ਜਨਮ ਅਸ਼ਟਮੀ ਜੀ, ਸਭ ਨੂੰ ਬਹੁਤ ਬਹੁਤ ਵਧਾਈਆਂ। ਇਹ ਮੰਦਰ ਬਹੁਤ ਤਨੋ ਮਨੋ ਤਨੋ ਸਾਰੇ ਸੇਵਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਨਮ ਅਸ਼ਟਮੀ ਮਨਾ ਰਹੇ ਆ, ਸਾਨੂੰ ਬਹੁਤ ਖੁਸ਼ੀ ਆ। ਸਾਰੇ ਸਾਡੇ ਇਲਾਕੇ ਦੀ ਬਹੁਤ ਸ਼ਾਨ ਬਣਾਈ ਹੈ ਮੰਦਰ ਨੇ, ਜ ਸਾਰੇ ਜਗਤ ਨੂੰ ਸ਼੍ਰੀ ਮਹਾਰਾਜ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਅਸ਼ਟਮੀ ਜੀ ਸਭ ਨੂੰ ਬਹੁਤ ਬਹੁਤ ਵਧਾਈ। ਮੈਂ ਨਰਿੰਦਰ ਸ਼ਰਮਾ, ਮਦੌਰ ਪ੍ਰਬੰਧਕ ਕੰਮ ਕਰ ਰਿਹਾ ਅਤੇ ਅਸੀਂ ਇਸ ਮੰਦਰ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਹਾਂ। ਇਹ ਮੰਦਰ ਦੇ ਵਿੱਚ ਬਹੁਤ ਵੱਡੀ ਆਸਥਾ ਹੈ, ਸ਼ਿਵਜੀ ਮਹਾਰਾਜ ਦੀ ਸਾਡੀ ਜਿਹੜੀ ਮੂਰਤੀ ਹੈ ਉਹ ਵੇਖਣੇ ਹੋ ਗਏ, ਮਤਲਬ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਕਿ ਇਹਨਾਂ ਦਾ ਮਨ ਸਾਰਿਆਂ ਦਾ ਇੱਥੇ ਆ ਕੇ ਖੁਸ਼ ਹੋ ਜਾਂਦਾ ਅਤੇ ਬਹੁਤ ਸਾਰੇ ਲੋਕਾਂ ਦੀ ਮਨੋਕਾਮਨਾ ਇੱਥੇ ਪੂਰੀ ਹੁੰਦੀ ਹੈ ਅਤੇ ਇੱਥੇ ਹਰ ਸੋਮਵਾਰ ਬਹੁਤ ਜ਼ਿਆਦਾ ਰਸ਼ ਹੁੰਦਾ ਸ਼ਿਵਜੀ ਦੇ। ਸ਼ਿਵਰਾਤਰੀ ਨੂੰ ਖਾਸ ਕਰਕੇ ਬਹੁਤ ਇੱਥੇ ਲਾਈਨਾਂ ਲੱਗ ਜਾਂਦੀਆਂ ਨੇ, ਅੱਜ ਵੀ ਮੀਂਹ ਦੇ ਪੈਣ ਦੇ ਬਾਵਜੂਦ ਵੀ, ਜਦੋਂ ਕਿ ਸ਼ਾਮ 7 ਵਜੇ ਮੀਂਹ ਆ ਗਿਆ, ਸਾਡਾ ਪ੍ਰੋਗਰਾਮ 8 ਵਜੇ ਤੋਂ ਸ਼ੁਰੂ ਹੋਇਆ ਪਰ ਫਿਰ ਵੀ ਸੰਗਤ ਸਾਡੀ ਮੀਂਹ ਦੇ ਵਿੱਚ ਵੀ ਮੀਂਹ ਪੈਂਦੇ ਹੀ ਇੱਥੇ ਆਈ ਹੈ ਔਰ ਸਭ ਦੀ ਬਹੁਤ ਇੱਥੇ ਲਗਨ ਹੈ ਲੋਕਾਂ ਦੀ ਔਰ ਬੜੇ ਸਾਡੀ ਜਿਹੜੀ ਕਮੇਟੀ ਮੈਂਬਰ ਨੇ ਸੁੰਦਰ ਚੌਹਾਨ ਦੀ ਅਗਵਾਈ ਦੇ ਹੇਠ ਅਤੇ ਸਾਡੀ ਸਾਰੀ ਟੀਮ ਦੀ ਅਗਵਾਈ ਹੇਠ ਇੱਥੇ ਬਹੁਤ ਤਰੱਕੀ ਕੀਤੀ ਹੈ ਮੰਦਰ ਨੇ ਔਰ ਸਾਡੇ ਪਾਸ ਆਪਣਾ ਹਾਲ ਹੈ ਔਰ ਸਾਰੀਆਂ ਮੂਰਤੀਆਂ ਦੀ ਇੱਥੇ ਜਿਹੜੀ ਸੇਵਾ ਲੋਕਾਂ ਦੇ ਉਹਨਾਂ ਵੱਲੋਂ ਤੁਹਾਨੂੰ ਵੱਲੋਂ ਹੀ ਹੋਈ ਹੈ। ਇੱਥੇ ਜਿਹੜਾ ਪੈਸਾ ਹੈ ਜਿਹੜਾ ਉਹ ਬਹੁਤ ਵਧੀਆ ਉਹ ਤਰੀਕੇ ਨਾਲ ਵਰਤਿਆ ਜਾਂਦਾ, ਸੰਜਮ ਨਾਲ ਵਰਤਿਆ ਜਾਂਦਾ ਔਰ ਸਾਰੇ ਆਪਣੇ ਜਿਹੜੇ ਜਿੰਨੇ ਵੀ ਸੇਵਾਦਾਰ ਨੇ ਉਹ ਆਪਣੇ ਹੱਥੀਂ ਕੰਮ ਕਰਕੇ ਖੁਸ਼ ਨੇ। ਧੰਨਵਾਦ। ਮੈਂ ਯਾਦਵਿੰਦਰ ਸਿੰਘ, ਮੰਦਰ ਪ੍ਰਬੰਧਕ। ਸਾਰੇ ਦੇਸ਼ ਵਾਸੀਆਂ ਨੂੰ, ਹਿੰਦੁਸਤਾਨ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਤੇ ਸੀ ਆਰ ਪੀ ਕਲੋਨੀ ਵਾਸੀਆਂ ਨੂੰ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ। ਬਹੁਤ ਭਾਗਾਂ ਵਾਲਾ ਮੰਦਰ ਆ, ਇੱਥੇ ਹਰ ਮਨੋਕਾਮਨਾ ਪੂਰੀ ਹੁੰਦੀ ਆ। ਮੇਰਾ 20 ਸਾਲ ਦਾ ਇੱਥੇ ਦਾ ਤਜਰਬਾ ਵੀ, ਮੈਂ 5 ਵਾਰੀ ਹਸਪਤਾਲ 'ਚ ਦਾਖਲ ਸੀਗਾ, ਉੱਥੇ ਰਾਤ ਨੂੰ
ਡਾਕਟਰ ਕਹਿੰਦਾ ਸੀ ਵੀ ਤੂੰ 4 ਦਿਨ ਐਡਮਿਟ ਰਹਿਣਾ, ਅਤੇ ਮੈਂ ਰਾਤ ਨੂੰ ਉੱਥੇ ਮੰਜੇ 'ਤੇ ਪਿਆ ਕਰਦਾ ਸੀ ਵੀ ਮਾਂ ਤੇਰੇ ਦਰ ਦੀ ਮੈਂ ਸੇਵਾ ਕਰਨੀ ਆ, ਵੀ ਮੈਂ ਤੇਰੇ ਮੰਦਰ ਆਉਣਾ। ਪਰ ਉਹੀ ਡਾਕਟਰ ਰਾਤ ਨੂੰ 10 ਵਜੇ ਮੈਨੂੰ ਆ ਕੇ ਕਹਿੰਦਾ ਸੀ ਜਾਂ ਤੈਨੂੰ ਛੁੱਟੀ ਆ, ਮੈਂ ਦੂਏ ਦਿਨ ਇੱਥੇ ਸੇਵਾ ਕਰਦਾ ਹੁੰਦਾ ਸੀ। ਇਹ ਮੈਂ ਬਿਲਕੁਲ ਹੀ ਸੱਚੀ ਸੁੱਚੀ ਆਪਣੀ ਘਟਨਾ ਆਪਣੇ ਨਾਲ ਹੋਈਆਂ ਵਾਰਤਾਂ। ਬਹੁਤ ਭਾਗਾਂ ਦੇ ਮੰਦਰ ਆ, ਬਹੁਤ ਅੱਜ ਸਾਰਿਆਂ ਨੂੰ ਖੁਸ਼ੀ ਆ, ਬਹੁਤ ਚਾਵਾਂ ਦੇ ਨਾਲ ਅਸੀਂ ਮਨਾ ਰਹੇ ਹਾਂ। ਸਾਰਿਆਂ ਨੂੰ ਰਾਧੇ ਰਾਧੇ। ਮੁਬਾਰਕ। ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਹਰੇ ਕ੍ਰਿਸ਼ਨਾ।